ਲੁਟੇਰਿਆਂ ਦੀ ਸ਼ਿਕਾਇਤ ਪੁਲਿਸ ਕੋਲ ਕਰਨਾ ਇਹਨਾਂ ਦੋਵੇਂ ਸਕੇ ਭਰਾਵਾਂ ਨੂੰ ਭਾਰੀ ਪੈ ਗਿਆ ਜਦੋਂ ਲੁਟੇਰੇ ਇਹਨਾਂ ਦੋਵੇਂ ਭਰਾਵਾਂ ਨੂੰ ਵੱਢ ਕੇ ਚਲੇ ਗਏ। ਤੇਜ਼ ਧਾਰ ਹਥਿਆਰਾਂ ਨਾਲ ਇਹਨਾਂ ਉੱਤੇ ਹਮਲਾ ਕਰ ਦਿੱਤਾ ਤੇ ਇਹਨਾਂ ਨੂੰ ਖੂਨ ਨਾਲ ਲੱਥ-ਪੱਥ ਕਰ ਦਿੱਤਾ। ਇਹ ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਆਏ ਦਿਨ ਗੁੰਡਾਗਰਦੀ ਦੀਆਂ ਘਟਨਾਵਾਂ ਵਾਪਰਦੀਆਂ ਨੇ। ਇਹ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਸ਼ਾਮੀ ਇਲਾਕੇ ਦਾ ਹੈ ਜਿੱਥੇ ਬੀਤੀ ਰਾਤ ਇੱਕ ਵਾਰ ਫਿਰ ਤੋਂ ਲੁੱਟਾਂ ਖੋਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੈਂਗ ਨੇ ਦੋ ਸਕੇ ਭਰਾਵਾਂ ਤੇ ਜਾਨਲੇਵਾ ਹਮਲਾ ਕਰ ਦਿੱਤਾ ਤੇ ਉਹਨਾਂ ਦੀ ਲੁੱਟ ਕਸੁੱਟ ਵੀ ਕੀਤੀ। ਦੋਵੇਂ ਭਰਾ ਜ਼ਖਮੀ ਵੀ ਕਰ ਦਿੱਤੇ। ਤਸਵੀਰਾਂ 'ਚ ਦਿਖਾਈ ਦੇ ਰਹੇ ਇਹ ਦੋਵੇਂ ਭਰਾ ਖੂਨ ਦੇ ਨਾਲ ਲੱਥ-ਪੱਥ ਜ਼ਮੀਨ ਤੇ ਪਏ ਸਨ। ਇਹਨਾਂ ਦਾ ਕਸੂਰ ਸਿਰਫ ਇੰਨਾ ਸੀ ਕਿ ਕੁਝ ਦਿਨ ਪਹਿਲਾਂ ਇਹਨਾਂ ਨਾਲ ਲੁੱਟ ਖੋਹ ਦੀ ਵਾਰਦਾਤ ਹੋਈ ਜਿਸ ਦੀ ਸ਼ਿਕਾਇਤ ਇਹਨਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ, ਜਿਸ ਗੱਲ ਤੋਂ ਖਫਾ ਹੋ ਕੇ ਲੁਟੇਰੇ ਦੇਰ ਰਾਤ ਇਹਨਾਂ ਦੇ ਕੋਲ ਆਏ ਤੇ ਇਹਨਾਂ ਲੁਟੇਰਿਆਂ ਦੇ ਵੱਲੋਂ ਦੋਵੇਂ ਭਰਾਵਾਂ ਨੂੰ ਘੇਰ ਕੇ ਤੇਜ਼ ਧਾਰ ਹਥਿਆਰਾਂ ਨਾਲ ਵੱਢ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਵੇਖਣਾ ਹੋਵੇਗਾ ਕਿ ਇਹਨਾਂ ਦੋਵੇਂ ਭਰਾਵਾਂ ਨੂੰ ਇਨਸਾਫ ਕਦੋਂ ਮਿਲਦਾ ਹੈ। ਅਸੀਂ ਕੱਲ ਇੱਥੇ ਮੇਲਾ ਚੱਲ ਰਿਹਾ ਸੀ ਜੀ ਗੁੱਗਾ ਮਾੜੀ ਵਾਲਾ, ਔਰ ਉਸ ਦੇ ਵਿੱਚ ਕਾਫੀ ਰਸ਼ ਸੀ ਤੇ ਉੱਥੇ ਛੋਟਾ ਭਰਾ ਜਾ ਰਿਹਾ ਸੀ ਔਰ ਉਹਦੇ ਪਿੱਛੇ ਇੱਕ ਚਿੱਕੀ ਨਾਂ ਦਾ ਬੰਦਾ ਔਰ ਬਾਕੀ ਚਾਰ ਪੰਜ ਹੋਰ ਬੰਦੇ ਸੀ ਨਾਲ ਉਹਨਾਂ ਦੇ, ਉਹਦੇ ਪਿੱਛੇ ਪਿੱਛੇ ਲੱਗੇ ਔਰ ਉਸਨੂੰ ਮੇਲੇ ਦੇ ਵਿੱਚ ਨਾਲ ਹੀ ਜਿੰਮ ਹੈਗੀ, ਜਿੰਮ ਦੇ ਵਿੱਚ ਉਹਨੂੰ ਖਿੱਚ ਕੇ ਲੈ ਗਏ ਅਤੇ ਔਰ ਜਦੋਂ ਖਿੱਚ ਕੇ ਲੈ ਕੇ ਗਏ ਅਤੇ ਅਸੀਂ ਜਦੋਂ ਉੱਥੇ ਗਏ ਵੇਖਿਆ ਤਾਂ ਉਹਨੂੰ ਕੁੱਟਮਾਰ ਕਰ ਰਹੇ ਸੀ, ਉਹਦੇ ਕੋਲ ਪੈਸੇ ਖੋਹ ਰਹੇ ਸੀ, ਮੋਬਾਈਲ ਖੋਹ ਰਹੇ ਸੀ। ਚਿੱਕੀ ਨੇ ਪਹਿਲਾਂ ਵੀ ਮੋਬਾਈਲ ਖੋਹਿਆ ਸੀ ਉਸਦੇ ਲੜਕੇ ਨੇ ਜੀ, ਔਰ ਇਸ ਦੀ ਦਰਖਾਸਤ ਅਸੀਂ ਥਾਣਾ ਕੈਂਟ ਦੇ ਵਿੱਚ ਦਿੱਤੀ ਹੋਈ ਜੀ ਅਤੇ ਉਸਦੀ ਕੋਈ ਸੁਣਵਾਈ ਸੁਣਵਾਈ ਨਹੀਂ ਹੋਈ। ਐਤਕੀ ਫਿਰ ਉਸਨੇ ਉਹੀ ਕੰਮ ਕਰਤਾ ਔਰ ਸਾਡੇ ਨਾਲੇ ਤਾਂ ਸੱਟਾਂ ਲਾਈਆਂ, ਛੋਟੇ ਭਰਾ ਦੀ ਵੀ ਸੱਟਾਂ ਲਾਈਆਂ ਔਰ ਸਾਡੇ ਪੈਸੇ ਵੀ ਖੋ ਕੇ ਲੈ ਗਿਆ। ਔਰ ਇਹਨਾਂ ਲੋਕਾਂ ਇਹਨਾਂ ਬੰਦਿਆਂ ਕੋਲ ਤੇਜ਼ ਹਥਿਆਰ ਦੇ ਹਥਿਆਰ ਸੀ ਔਰ ਕਈਆਂ ਕੋਲ ਆਪਣਾ ਰਾੜ ਸੀ ਜਿਹੜੇ ਸਾਡੇ ਸਿਰ 'ਤੇ ਮਾਰੇ ਤੇਜ਼ ਹਥਿਆਰ ਨਾਲ ਸਾਡੇ 'ਤੇ। ਅਤੇ ਕਿੰਨੇ ਬੰਦੇ ਜ਼ਖਮੀ ਹੋਏ ਇਹਦੇ 'ਚ? ਇਹਦੇ ਵਿੱਚ ਦੋ ਜਣੇ ਜ਼ਖਮੀ ਹੋਏ ਜੀ, ਇੱਕ ਮੈਂ ਔਰ ਇੱਕ ਮੇਰਾ ਭਰਾ। ਅਤੇ ਉਹਦੀ ਹਾਲਤ ਹੁਣ ਕਿੱਦਾਂ ਦੀ ਹੈ? ਉਹਦੀ ਥੋੜ੍ਹੀ ਹਾਲਤ ਗੰਭੀਰ ਹੈ ਜੀ, ਉਹ ਥੋੜ੍ਹਾ ਰੈਫਰ ਕੀਤੇ ਹੋਏ ਜੀ ਦੂਸਰੇ ਹਸਪਤਾਲ। ਹੁਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਔਰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਮੇਰਾ ਨਾਮ ਕਾਕਾ ਜੀ। ਕਾਕਾ ਜੀ, ਇਹ ਜਿਹੜੀ ਘਟਨਾ ਕਿਵੇਂ ਹੋਈ, ਜਿਹੜੀ ਰਾਤ ਹੋਈ? ਇਹ 20 ਦਿਨ ਪਹਿਲਾਂ ਜੀ ਚਿੱਕੀ ਦੇ ਮੁੰਡੇ ਨੇ ਫੋਨ ਖੋਇਆ ਸੀ ਜੀ, ਅਤੇ ਫੋਨ ਖੋਇਆ ਸੀ, ਇਹਨਾਂ ਨੇ ਦਰਖਾਸਤ ਦਿੱਤੀ ਸੀ ਕੈਂਟ ਥਾਣੇ ਜੀ, ਠੀਕ ਹੈ ਜੀ। ਉਸ ਦੇ ਚੱਕਰ 'ਚ ਉਹਨਾਂ ਨੇ ਨਾ ਮੱਕੀ ਰਾਤੀ ਇਹਨਾਂ ਦੇ ਛੋਟੇ ਭਾਈ ਸਮ ਭਤੀਜੇ ਮੇਰੇ ਨੂੰ ਜਿੰਮ ਦੇ ਕੋਲ ਘੇਰ ਕੇ ਕਾਪੇ ਕਿਰਪਾਨਾਂ ਅਤੇ ਚਿੱਕੀ ਦੇ ਮੁੰਡੇ ਕੋਲ ਪਿਸਟਲ ਸੀ ਅਤੇ ਇਹਨਾਂ ਨੇ ਹਮਲਾ ਕੀਤਾ। ਇਹ ਮੁੰਡਾ ਸਾਡਾ ਵੱਡੇ ਵਾਲਾ ਗਿਆ ਭਰਾ ਨੂੰ ਛਡਾਉਣ ਵਾਸਤੇ, ਵਿੱਚ ਇਹਦੇ ਵੀ ਹਮਲਾ ਕਰਤਾ ਅਤੇ ਇਹਦੇ ਵੀ ਕਾਪੇ ਕਿਰਪਾਨਾਂ ਮਾਰਤੀਆਂ। ਅਤੇ ਕਿੰਨੇ ਕਿੰਨੇ ਬੰਦੇ ਜ਼ਖਮੀ ਹੋਏ ਆ? ਇਹ ਜੀ ਦੋ ਜ਼ਖਮੀ ਹੋਏ, ਦੋਨੋਂ ਭਰਾ ਜੀ। ਅਤੇ ਹੁਣ ਇਹਨਾਂ ਦੀ ਹਾਲਤ ਕਿਵੇਂ ਹੈ? ਹਾਲਤ ਇਹ ਵੱਡੇ ਵਾਲਾ ਤਾਂ ਚਲੋ ਹਾਲੇ ਸਹੀ ਹੈ, ਸਵੇਰੇ ਇਹਦੇ ਐਕਸਰੇ ਹੋਣੇ ਜੀ, ਅਤੇ ਦੂਜਾ ਜਿਹੜਾ ਹੈਗਾ ਉਹ ਹੋਸਪਿਟਲ ਹੀ ਪਿਆ ਹੈ, ਉਹਦੀ ਹਾਲਾਤ ਮਾੜੀ। ਉਹ ਕਿਹੜੇ ਹੋਸਪਿਟਲ ਦੇ ਵਿੱਚ? ਸਿਵਲ ਹੋਸਪਿਟਲ ਫਿਰੋਜ਼ਪੁਰ ਕੈਂਟੀ। ਅਤੇ ਕਿੰਨੇ ਬੰਦਿਆਂ ਨੇ ਇਹਨਾਂ 'ਤੇ ਹਮਲਾ ਕੀਤਾ? ਇਹਨਾਂ 'ਤੇ ਕੀਤਾ ਜੀ 6-7 ਜਣੇ ਸੀ। ਚਿੱਕੀ ਸੀ, ਚਿੱਕੀ ਦਾ ਮੁੰਡਾ ਸੀ, ਅਤੇ ਇੱਕ ਮੁੰਡਾ ਗਾਂਧੀਗੜ੍ਹ ਦਾ ਸੀ ਹੈਗਾ, ਅਤੇ ਬਾਕੀ ਇਹਨਾਂ ਦੇ ਗੁਆਲ ਟੋਲੀ ਦੇ ਸੀ। ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਇਹੀ ਬੇਨਤੀ ਕਰਨੇ ਕਿ ਸਾਨੂੰ ਇਨਸਾਫ ਮਿਲੇ ਜਾਵੇ। ਮਾਮਲਾ ਹੈ ਇਹ ਕਿ ਮਾਮਲਾ ਕੀ ਸੀਗਾ ਜੋ ਰਾਤ ਦਾ ਦੱਸਿਆ ਜਾ ਰਿਹਾ? ਇਹ ਮਾਮਲਾ ਮੈਨੂੰ ਫੋਨ ਆਇਆ ਸੀ ਛਾਉਣੀ ਤੋਂ ਵੀ ਇੱਕ ਚਿੱਕੀ ਨਾਂ ਦਾ ਬੰਦਾ ਇਹ ਗੁੱਗਾਪੁਰ ਦੇ ਜਿੱਥੇ ਖਲਾਸੀ ਲਾਈਨ ਉੱਥੇ
ਸ਼ਰਾਬ ਪੀ ਕੇ ਗੜਬੜ ਕਰ ਰਿਹਾ। ਇਹਨੇ ਦੋ ਮੁੰਡੇ ਭਰਾ ਸਕੇ ਭਰਾ ਮੈਨੂਅਲ ਅਤੇ ਅਨਸਨੀ ਇਹਨਾਂ ਨੂੰ ਕਾਪਿਆਂ ਨਾਲ ਸੱਟਾਂ ਮਾਰੀਆਂ ਨੇ। ਇਹਦੇ 'ਤੇ ਪਹਿਲਾਂ ਵੀ 14-15 ਪਰਚੇ ਮੇਰੇ ਡਰਾਈਵਰ ਨੇ ਮੈਨੂੰ ਦੱਸਿਆ ਅਤੇ ਅਸੀਂ ਇਹਨੂੰ ਫੜ ਲਈ ਰੇਡ ਕੀਤਾ। ਇਹ ਘਰੋਂ ਭੱਜ ਗਿਆ। ਜਨਾਨੀਆਂ ਸਾਡੇ ਮੇਰੇ ਜਿਹੜੇ ਮਲਾਇਕ ਸੀ ਉਹਨਾਂ ਨੂੰ ਪੁੱਠਾ ਬੋਲੀਆਂ, ਤੁਸੀਂ ਸਾਡੇ ਘਰੇ ਕਿਉਂ ਆਏ ਜੀ। ਇਹਨੇ ਰਾਤ ਗੁੰਡਾਗਰਦੀ ਬਹੁਤ ਕੀਤੀ ਇਹਨੇ ਅਤੇ ਸਾਡੇ ਕੋਲ ਉਹਨਾਂ ਦੀ ਹੁਣ ਐਮਲਰ ਆ ਗਈ ਹੈ, ਅਸੀਂ ਇਸ 'ਤੇ ਕਾਰਵਾਈ ਕਰ ਰਹੇ ਹਾਂ। ਸਰ, ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਤੁਸੀਂ ਉਹਨਾਂ ਦੇ ਘਰੇ 'ਚ ਮੰਨ ਲਓ ਕੋਈ ਕੀਤੀ ਗਈ ਸੀਗੀ, ਭੰਨ ਤੋੜ ਵੀ ਕੀਤੀ ਹੈ ਕਹਿੰਦੇ ਆ। ਕੋਈ ਭੰਨ ਤੋੜ ਨਹੀਂ ਕੀਤੀ, ਇਲਜ਼ਾਮ ਲਾ ਰਹੇ ਸਾਡੇ 'ਤੇ ਐਫ ਆਈ ਆਰ ਨਾ ਹੋਵੇ, ਇੱਕ ਰਿਜ਼ਲਟ ਹੋਰ ਆਇਆ ਪਿਆ ਇਹਦੇ 'ਤੇ, ਉਹ ਵੀ ਇਹਦੇ 'ਤੇ ਐਫ ਆਈ ਆਰ ਦਰਜ ਕਰਾਂਗੇ। ਇਹਦੇ 'ਤੇ ਕਿੰਨੇ ਕੁ ਮਾਮਲੇ ਦਰਜ ਹੈ? ਇਹਦੇ 'ਤੇ 11-12 ਮਾਮਲੇ ਦਰਜ ਆ ਲੁੱਟਾਂ ਖੂਹਾਂ ਦੇ 'ਚ ਨਸ਼ੇ ਦੇ, ਅਤੇ ਇਹਦਾ ਮੁਹੱਲੇ ਵਿੱਚ ਮਾਹੌਲ ਬਹੁਤ ਖਰਾਬ ਕਰ ਰਿਹਾ ਇਹ।